Amen.
राम रसरनाई कह कबीर सो पहनाई लग लग राम रसरनाई वाहिगुरु जी का खालसा वाहिगुरु जी वाहेगुरु जी का खालसा वाहेगुरु डीपी सिंह जी जिले मतलब अपना व्यक्ति करना और इतने आके परिवार वालों चंद शब्दों के नाम धनवाद कर और इस तो पहले कि साएल ए साहब बेरी साहब को हाजिरी लवा चुके हैं किसी जाना सी चले गए हैं गुरु घर का आशीर्वाद लै गए हैं और मेयर साहब जिन्होंने भी जाना सी वो भी इस परिवार का शक्ति दिखा के धर्म रवाना हो गए हैं साढ़े जिते लाडा जी बैठे ने और भी कई मतलब ने साढ़े डॉक्टर साहब मुक्ता जी बैठे ने बाकी उन्होंने धन्यवाद करके इंजीनियर साहब बैठा इस ही मेरे वालों परिवार को बेनती है कि नीचे देवनाथ हॉल लंगर का प्रसाद जा रहा है उसी सारे ने छाके जाना जी कहाँ विसा
कह तू भी
Yes, it's a miracle.
जो चुप सो पाए
कहो नानक एह तत बिन हर भजन नहीं छुटकारा, 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 चिंता रोग, चिंता रोग।
Yeah.
Oh,
ਸੇਵਕਾਂ ਵੱਲੋਂ ਗ੍ਰਹਿ ਪ੍ਰਸ਼ਾਦ ਦੇ ਗੁਰੂ ਘਰ ਅੰਦਰ ਹਾਜ਼ਰਾਂ ਡਾਕਟਰਾਂ ਨੂੰ ਪ੍ਰਾਣਾ ਗ੍ਰਹਿ ਪ੍ਰਸ਼ਾਦ ਗੁਰੂ ਘਰ ਅੰਦਰ ਸਮੂਹ ਸੰਗਤਾਂ ਦੀ ਆਗਿਆ ਹੋਵੇ। ਪ੍ਰਭੂ ਕਿਰਪਾ ਆਵਣ ਹੁਕਮਨਾਮ ਰਸ ਛਕਾ ਕੇ ਸੰਗਤਾਂ ਨੂੰ ਕਿਰਪਾ ਕਰੋ ਜੀ ਸੇ ਗੁਰੂ ਪਿਆਰੇ ਦੇ ਜਿਨ੍ਹਾਂ ਦੇ ਮਨਾਂ ਵਿੱਚ ਇਹਨਾਂ ਨਾਮ ਸਿੱਧਿਆ ਆਪਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਾਰਿਆਂ ਨੂੰ ਸੁਣਿਆ
ਕਰਤਾ ਸਾਰਿਆਂ ਨੇ ਮਿਲ ਕਰਕੇ ਉਹਨਾਂ ਦੀ ਰੂਹ ਕਲਿਆਣ ਵਾਸਤੇ ਸਭ ਉਹਨਾਂ ਦੀ ਸਾਨੂੰ ਇਕੱਠ ਹੋ ਕੇ ਅਰਦਾਸ ਕੀਤੀ ਹੈ। ਮੈਂ ਬੇਨਤੀ ਕਰਾਂਗਾ ਸ੍ਰੀ ਆਰ ਕੇ ਗਾਂਧੀ ਪਰਿਵਾਰ ਨੂੰ ਸੰਤਾਂ ਦਾ ਧੰਨਵਾਦ ਕਰਨਗੇ, ਦੋਸਤ ਬੋਲਣਗੇ। ਉਸ ਤੋਂ ਬਾਅਦ ਨਾਲੀ ਬੇਨਤੀ ਹੈ, ਨਾ ਪ੍ਰਸ਼ਾਦੀ ਦੇ ਤੋਂ ਬਾਅਦ ਉਗਾਈ ਜਾਣੀ ਹੈ। ਗੁਰੂ ਕੇ ਨੰਬਰ ਵੀ ਤਿਆਰ ਕੀਤੇ ਹਨ, ਸਾਰੀਆਂ ਸੰਗਤਾਂ ਨੂੰ ਗੁਰੂ ਘਰ ਮਿਲ ਸਕਣਾ ਹੈ। ਉਹਨਾਂ ਬੇਨਤੀ ਕਰਾਂ ਸ੍ਰੀ ਆਰ ਕੇ ਗਾਂਧੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਅਸੀਂ ਸਰਦਾਰ ਉਪਿੰਦਰ ਸਿੰਘ ਦੀ ਯਾਦ ਦੇ ਵਿੱਚ ਅਸੀਂ ਸੰਗਤ ਪਰ ਜੁੜ ਕੇ ਬੈਠੇ ਹਾਂ, ਜਿਹੜੇ ਕਿ ਸਾਨੂੰ ਬੇਨਤੀ ਹੈ, ਕੋਈ ਟਾਈਮ ਨਹੀਂ ਸੀ, ਅਚਾਨਕ ਹੀ ਨੂੰ ਛੋੜਾ ਕਹਿੰਦੇ ਨੇ। ਇਨਸਾਨ ਦਾ ਜਦੋਂ ਜਨਮ ਹੁੰਦਾ ਹੈ ਉਸ ਵਕਤ ਉਸਦੇ ਕੋਲ ਸਾਹ ਹੁੰਦੇ ਨੇ, ਸਾਂਸਾਂ ਹੁੰਦੀਆਂ ਨੇ। ਜਦੋਂ ਮ੍ਰਿਤਯੂ ਹੁੰਦੀ ਹੈ ਉਸ ਵਕਤ ਉਸਦੇ ਕੋਲ ਨਾਮ ਹੁੰਦਾ ਹੈ, ਸਾਸ ਨਹੀਂ ਹੁੰਦੀ। ਅਤੇ ਸਾਹ ਅਤੇ ਨਾਮ ਦਾ ਜਿਹੜੀ ਕਿ ਯਾਤਰਾ ਹੈ, ਜਿਹੜੀ ਕਿ ਸਰਦਾਰ ਭੁਪਿੰਦਰ ਸਿੰਘ ਨੇ 6 ਸਾਲ ਦੀ ਦਿੱਤੀ ਯਾਤਰਾ ਪੂਰੀ ਕੀਤੀ, ਇਹਨੂੰ ਹੀ ਜੀਵਨ ਆਖਿਆ ਜਾਂਦਾ ਹੈ। ਅਗਰ ਇਸ ਨੂੰ ਇਸ ਤਰ੍ਹਾਂ ਸਮਝੀਏ ਕਿ ਇਹ ਯਾਤਰਾ ਦੌਰਾਨ ਉਹਨਾਂ ਨੇ ਕੀ ਕੀਤਾ, ਇਹ ਨਾਮ ਕਿੱਦਾਂ ਹੋਇਆ, ਤਾਂ ਤਮਾਮ ਤੱਕ ਇਨਸਾਨ ਨੂੰ ਆਪਣੇ ਕਰਮ ਦਾ ਪ੍ਰਗਟ। ਸਰਦਾਰ ਭੁਪਿੰਦਰ ਸਿੰਘ ਜੀ ਦਿੱਲੀ ਦੇ ਵਿੱਚ 1950 'ਚ ਉਹਨਾਂ ਦਾ ਜਨਮ, MSc ਤੱਕ ਵਿੱਦਿਆ ਪਾ ਕੇ 20-25 ਸਾਲ ਪਹਿਲੇ ਜਲੰਧਰ ਦੇ ਵਿੱਚ ਆ ਗਏ। ਉਹਨਾਂ ਦੀ ਧਰਮ ਪਤਨੀ MGM ਸਕੂਲ ਦੇ ਵਿੱਚ ਇੱਕ ਟੀਚਰ ਤੈਨਾਤ ਹੋਈ, ਡਾਕਟਰ ਡਾਮ ਰਾਮ ਹੋਸਪਿਟਲ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਮੈਡੀਕਲ ਲਾਈਨ ਦੇ ਵਿੱਚ ਆ। ਬੱਚਿਆਂ ਨੂੰ ਉਹਨਾਂ ਨੇ ਬਹੁਤ ਅੱਛੀ ਐਜੂਕੇਸ਼ਨ ਦਿੱਤੀ ਔਰ ਇਹੀ ਐਜੂਕੇਸ਼ਨ ਦਿੱਤੀ ਕਿ ਦੋਨੋਂ ਬੱਚੇ USA ਦੇ ਵਿੱਚ ਅੱਜ ਡਾਕਟਰ ਤੈਨਾਤ ਨੇ, ਜਿਹੜੇ ਕਿ MD ਵੀ ਉਹਨਾਂ ਦੀਆਂ ਬੀਬੀਆਂ ਨੇ, ਉੱਥੇ ਡਾਕਟਰੀ ਦੀ ਸੇਵਾ ਕਰ ਰਹੇ, ਬਹੁ ਵੀ ਉਹਨਾਂ ਦੀ ਉੱਥੇ ਡਾਕਟਰ ਹੈ। ਉਹਨਾਂ ਦੇ ਭਰਾ ਭੈਣ ਇੰਨੀ ਉਹਨਾਂ ਨੇ ਸੇਵਾ ਕੀਤੀ, ਇੱਕ ਅੱਛਾ ਭਰਾ ਸਾਬਤ ਹੋਇਆ ਬਾਪ ਦੀ ਸੇਵਾ ਦੇ ਵਿੱਚ, ਮਾਂ ਬਾਪ ਦੀ ਸੇਵਾ, ਅੱਛਾ ਬੇਟਾ ਸਾਬਤ ਹੋਇਆ ਔਰ ਬੱਚਿਆਂ ਨੂੰ ਪਾਲਣ ਦੇ ਵਿੱਚ ਇੱਕ ਅੱਛਾ ਬਾਪ ਸਾਬਤ ਹੋਇਆ ਔਰ ਸਤੀ ਦੇ ਨਾਲ ਸਹਿਯੋਗ ਦੇ ਵਿੱਚ ਇੱਕ ਅੱਛਾ ਪਤੀ ਸਾਬਤ ਹੋਇਆ। ਇੰਨਾ ਹੀ ਨਹੀਂ, ਇਹਨਾਂ ਦੇ ਸਫ਼ਰ ਨੂੰ ਦੁਰਾਂਦਿਆਂ ਜ਼ਿਆਦਾ ਸਮਾਂ ਲੱਗੇਗਾ, ਮੈਂ ਸਮੇਂ ਨੂੰ ਘਾਟ ਕਰਕੇ ਇਹਨਾਂ ਦੱਸਣਾ ਚਾਹਾਂਗਾ ਕਿ ਮਨ ਦੋਸਤਾਂ ਦੇ ਵਿੱਚ ਇੱਕ ਅੱਛਾ ਦੋਸਤ ਸਾਬਤ ਹੋਇਆ। 20-25 ਸਾਲ ਤੋਂ ਸਾਡਾ ਸੰਬੰਧ ਦੋਸਤਾਂ ਦਾ ਰਿਹਾ ਔਰ ਸਵੇਰੇ ਉਹਨਾਂ ਨੇ ਆ ਕੇ ਬਾਗ ਦੇ ਵਿੱਚ ਸਾਨੂੰ ਹੱਸਣਾ ਆਸਾਨਾ ਬਹੁਤ ਹੀ ਖੁਸ਼ ਮਿਜ਼ਾਜ ਇਨਸਾਨ ਇਸ ਦੁਨੀਆਂ ਤੋਂ ਵਿਛੋੜਾ ਕਰ ਗਿਆ। ਕਾਰਡ ਦੋਸਤਾਂ ਕਿੱਥੇ ਪਈ ਹੈ, ਇੱਕ ਅੱਛਾ ਦੋਸਤ ਸੀ ਔਰ ਖਾਸ ਤੌਰ ਮੈਂ ਨਾ ਲਵਾਂਗਾ ਰਿੰਕੂ ਮੁਕਤ ਜੀ ਦਾ, ਜਿਹੜੇ ਕਿ ਇਸ ਘਰ ਤੋਂ ਬੰਦ ਰਹਿ ਗਏ ਨੇ ਔਰ ਪਰਮਾਤਮਾ ਵਾਹਿਗੁਰੂ ਮਿਹਰ ਰੱਖੇਗਾ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇਗਾ। ਔਰ ਅੰਤ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਜਿਹੜੀ ਕਿ ਇਨਸਾਨ ਦੇ ਜੀਵਨ ਹੈ, ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਇੱਕ ਕੱਚੀ ਪੈਨਸਲ ਹੈ। ਇਹ ਕੱਚੀ ਪੈਨਸਲ ਦੇ ਨਾਲ ਅਸੀਂ ਆਪਣੇ ਜੀਵਨ ਦੇ ਕੋਰੇ ਕਾਗਜ਼ ਦੇ ਉੱਤੇ ਝਲੀਟੇ ਹੀ ਨਾ ਮਾਰਦੇ ਰਹਿ ਜਾਈਏ। ਅਸੀਂ ਇਸ ਕੱਚੀ ਪੈਨਸਲ ਦੇ ਨਾਲ ਇਸ ਜੀਵਨ ਦੇ ਯਾਤਰਾ ਦੇ ਵਿੱਚ ਕੀ ਲਿਖਿਆ ਹੈ ਜੋ ਮੈਂ ਭੁਪਿੰਦਰ ਸਿੰਘ ਦੇ ਬਾਰੇ ਦੱਸਿਆ, ਔਰ ਪ੍ਰਣ ਕਰੀਏ ਕਿ ਅਸੀਂ ਇਸ ਕੱਚੀ ਪੈਨਸਲ ਦੀ ਇਸ ਜੀਵਨ ਦੇ ਨਾਲ ਝਲੀਟੇ ਨਹੀਂ ਮਾਰ ਦੇਵਾਂਗੇ, ਕੋਈ ਨਵੇਂ ਕੰਮ ਵੀ ਕਰਾਂਗੇ, ਪਰਿਵਾਰ ਦਾ, ਆਪਣਾ, ਸਮਾਜ ਦਾ ਔਰ ਆਪਣੇ ਜੀਵਨ ਨੂੰ ਸਫਲ ਬਣਾਵਾਂਗੇ। ਇੰਨਾ ਹੀ ਕਹਿੰਦੇ ਹੋਏ ਫਿਰ ਇੱਕ ਵਾਰ ਪਰਮ ਪਿਤਾ ਪਰਮਾਤਮਾ ਦੀ ਹਜ਼ੂਰੀ ਮੈਂ ਬੇਨਤੀ ਕਰਾਂਗਾ ਕਿ ਪਿਛਲੀ ਹੋਈ ਆਤਮਾ ਸਰਦਾਰ ਭੁਪਿੰਦਰ ਸਿੰਘ ਨੂੰ ਆਪਣੀ ਗੋਦ ਦੇ ਵਿੱਚ ਆਵਾਜਾਵੀ ਦਾ ਜਿਹੜਾ ਸਫ਼ਰ ਹੈ ਉਹ ਸਮਾਪਤ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੰਨਵਾਦ ਸੀ ਉਹ ਸਰਦਾਰ DP ਸਿੰਘ ਜੀ ਇੰਜੀਨੀਅਰ ਮਹਤਾ ਸਾਹਿਬ ਨੂੰ, ਮੈਂ ਬੇਨਤੀ ਕਰਾਂਗਾ ਉੱਥੇ ਆ ਕੇ ਪਰਿਵਾਰ ਵੱਲੋਂ ਸਭ ਸ਼ਬਦਾਂ ਦੇ ਨਾਲ ਧੰਨਵਾਦ ਕਰਨ। ਔਰ ਇਸ ਤੋਂ ਪਹਿਲੇ ਕਿ ਸਾਡੇ MLA ਸਾਹਿਬ ਬੇਰੀ ਸਾਹਿਬ ਉਹ ਹਾਜ਼ਰੀ ਲਵਾ ਚੁੱਕੇ ਨੇ, ਕਿਤੇ ਜਾਣਾ ਸੀ ਚਲੇ ਗਏ ਨੇ, ਗੁਰੂ ਘਰ ਦਾ ਆਸ਼ੀਰਵਾਦ ਲੈ ਗਏ ਨੇ। ਔਰ ਮੇਹਰ ਸਾਹਿਬ ਜਿਹਨਾਂ ਨੇ ਵੀ ਜਾਣਾ ਸੀ ਉਹ ਵੀ ਇਸ ਪਰਿਵਾਰ ਨਾਲ ਸ਼ਕਤੀ ਦਿਖਾ ਕੇ ਧਰਮ ਦੁਆਰਾ ਹੋ ਗਏ ਨੇ। ਸਾਡੇ ਵਿੱਚ ਜਿੱਥੇ ਲਾਡਾ ਜੀ ਬੈਠੇ ਨੇ ਹੋਰ ਵੀ ਕਈ ਉੱਥੋਂ ਨੇ
ਸਾਡੇ ਡਾਕਟਰ ਸਾਹਿਬ ਉੱਥੇ ਹੀ ਬੈਠੇ ਨੇ, ਬਾਕੀ ਉਹਨਾਂ ਦਾ ਧੰਨਵਾਦ ਕਰਨੀ ਜਿਹਨੇ ਸਾਥ ਦਿੱਤਾ। ਅਸੀਂ ਸਾਰੇ ਅੱਜ ਇਸ ਦੁੱਖ ਦੀ ਘੜੀ ਵਿੱਚ ਇਸ ਵਿੱਚ ਸ਼ਾਮਿਲ ਹੋਏ ਹਾਂ ਕਿ ਅਸੀਂ ਸਰਦਾਰ ਰਵਿੰਦਰ ਸਿੰਘ ਜੀ, ਸਪੁੱਤਰ ਸਰਦਾਰ ਸੋਭਾ ਸਿੰਘ ਜੀ ਹੋਰਾਂ ਦੀ ਅੰਤਮ ਅਰਦਾਸ ਲਈ ਅੱਜ ਅਰਦਾਸ ਕਰਨੀ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਇਸ ਆਵਾਗਮਨ ਲਈ ਜਗਤ ਤੋਂ ਬਖਸ਼ੇ। ਜਿੱਥੋਂ ਤੱਕ ਉਹਨਾਂ ਦੀ ਪਰਸਨੈਲਿਟੀ ਦਾ ਸਵਾਲ ਹੈ, ਉਹ ਸਾਡੇ ਲਾਲ ਨਗਰ ਕਲੋਨੀ ਵਿੱਚ ਮੇਰੇ ਨੇਬਰ ਵਿੱਚ ਮਿਡ 80 ਵਿੱਚ ਆ ਕੇ ਉਹਨਾਂ ਨੇ ਰੈਜਸ ਬਣਾਇਆ। ਹਰ ਵਕਤ ਹੀ ਉਹਨਾਂ ਦਾ ਜਿਹੜਾ ਫੇਸ ਸੀ ਸਮਾਈਲਿੰਗ ਹੀ ਰਿਹਾ। ਜਦੋਂ ਵੀ ਤੁਸੀਂ ਮਿਲੇ, ਜਿਸ ਤਰ੍ਹਾਂ ਅਸੀਂ ਹੁਣ ਗੁਰਦੁਆਰਾ ਸਾਹਿਬ ਐਂਟਰ ਕੀਤੇ ਹਾਂ, ਬਾਹਰ ਫੋਟੋ ਦੇਖੀ ਹੈ, ਸਮਾਈਲ ਕਰ ਰਹੇ ਨੇ, ਬਿਲਕੁਲ ਹਰ ਇਸ ਤਰ੍ਹਾਂ ਹੀ ਉਹ ਕਰਦੇ ਰਹਿੰਦੇ ਸੀ। ਕੋਈ ਵੀ ਉਹਨਾਂ ਨੇ ਪ੍ਰੋਬਲਮ ਜਿਹੜੀ ਹੈ ਅੱਜ ਤੱਕ ਉਹਨੂੰ ਪ੍ਰੋਜੈਕਟ ਨਹੀਂ ਕੀਤਾ, ਬਲਕਿ ਜਦੋਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਉਹਨੂੰ ਬਹੁਤ ਅੱਛੀ ਤਰ੍ਹਾਂ ਸੋਲਵ ਕੀਤਾ। ਹੱਸ ਕੇ ਖੁਸ਼ੀ ਖੁਸ਼ੀ ਉਸ ਚੀਜ਼ ਨੂੰ ਉਹਨਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਉਸ ਚੀਜ਼ ਨੂੰ ਸੋਲਵ ਕਰਕੇ ਬੜਾ ਸ਼ੋਰਟ ਜਿਹਾ ਸੋਲਿਊਸ਼ਨ ਦਿੱਤਾ। ਸਾਰੇ ਨੇਬਰਸ ਅਸੀਂ ਗੁਜਰਾਤ ਨਗਰ ਦੇ, ਉਹਨਾਂ ਦੀ ਜਿਹੜੀ ਉੱਥੇ ਰਹਿਣ ਨਾਲ ਸਾਨੂੰ ਸਪੋਰਟ ਸੀ, ਅਸੀਂ ਉਹ ਸਾਰੇ ਅੱਜ ਹੋ ਗਏ। ਜਿੱਥੋਂ ਤੱਕ ਉਹਨਾਂ ਦੀ ਐਜੂਕੇਸ਼ਨ ਦਾ ਸਵਾਲ ਹੈ, ਅਮਰ ਭਾਈ ਸਾਹਿਬ ਨੇ ਦੱਸਿਆ ਉਹ ਆਪ ਉਸ ਪੇਪਰ ਸਨ ਜਦੋਂ ਇੱਥੇ ਆਏ ਤਾਂ ਡਾਕਟਰ ਜੀ ਦਾਮ ਉਹਨਾਂ ਦੇ ਗੁਣ ਸਪੋਰਟ ਦੇ ਨਾਲ, ਉਹਨਾਂ ਦੀ ਕੋਪਰੇਸ਼ਨ ਦੇ ਨਾਲ ਉਹਨਾਂ ਨੇ ਇੱਥੇ ਇੱਕ ਬਿਜ਼ਨਸ ਸੈੱਟ ਕੀਤਾ ਫਾਰਮੇਸੀ ਦਾ, ਡਾਕਟਰ ਡਾਮ ਹੋਸਪਿਟਲ ਵਿੱਚ। ਪਰ ਉਸ ਤੋਂ ਪਹਿਲੇ ਉਹ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਵੀ ਰਹੇ। ਉਹਨਾਂ ਨੇ ਐਜੂਕੇਸ਼ਨ ਦਾ ਕਰਕੇ ਜੋਬ ਸਰਵਿਸ ਵੀ ਕੀਤੀ, ਅੱਛੇ ਸਟੇਟਸ ਦੀ ਸਰਵਿਸ ਕੀਤੀ, ਆਪਣੇ ਬੱਚਿਆਂ ਨੂੰ ਵੀ ਐਮ ਡੀ ਬਣਾਇਆ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਡਾਕਟਰ ਗੁਲਾਮ ਡਾਕਟਰ ਇਮਰਾਨ ਦੀ ਐਮ ਡੀ ਹੈ, ਜਿਹੜੇ ਅਸ ਅੱਛੀ ਤਰ੍ਹਾਂ ਉੱਥੇ ਯੂਨੀਵਰਸਿਟੀ ਸੈਕਟਰ ਹਨ। ਇਹ ਸਾਰਾ ਜਿਹੜਾ ਸੇਵਾ ਹੈ ਘਰ ਦੇ ਹੈੱਡ ਹੋਣ ਦੇ ਨਾਤੇ ਸਰ ਭੁਪਿੰਦਰ ਸਿੰਘ ਜੀ ਨੂੰ ਜਾਣਦਾ ਹੈ। ਉਹਨਾਂ ਨੂੰ ਅਸੀਂ ਇੱਥੇ ਐਮ ਜੀ ਐਮ ਦੇ ਵਿੱਚ ਜੋ ਟੀਚਿੰਗ ਦੀ ਜੋਬ ਕੀਤੀ ਅਤੇ ਹੁਣ ਰਿਟਾਇਰ ਹੋਏ ਹਨ, ਉਹਨਾਂ ਦੀ ਜਿੱਥੋਂ ਤੱਕ ਆਪਾਂ ਕੁਆਲਿਟੀ ਦੀ ਗੱਲ ਕੀਤੀ ਹੈ, ਉਹ ਪੂਰੇ ਰਿਲੀਜੀਅਸ ਮਾਰਕੀਟਸ ਹਨ। ਹਰ ਸਾਲ ਆਪਣੇ ਪੇਰੈਂਟਸ ਦੀ ਯਾਦ ਦੇ ਵਿੱਚ ਇੱਕ ਧਾਰਮਿਕ ਸਮਾਗਮ ਅੱਛੇ ਲੈਵਲ ਦਾ ਕਰਾਉਂਦੇ ਸੀ ਔਰ ਸਾਨੂੰ ਸਾਰਿਆਂ ਨੂੰ ਉੱਥੇ ਬਕਾਇਦਾ ਇਨਵਾਈਟ ਕੀਤਾ ਜਾਂਦਾ ਸੀ। ਉਸ ਦਿਨ ਵੀ ਜਿਸ ਦਿਨ ਪੂਰੇ ਹੋਏ ਨੇ, ਐਤਵਾਰ ਦੀ ਗੱਲ ਹੈ, ਸ਼ਨੀਵਾਰ ਸ਼ਾਮ ਹੀ ਮੇਰੇ ਨਾਲ ਗੱਲ ਹੋਈ ਹੈ, ਐਤਵਾਰ 11 ਵਜੇ ਸ਼ਾਮ ਗੱਲ ਹੋਈ, ਫਿਰ ਇੱਕ ਵਜੇ ਹੋਈ, ਕੋਈ ਪਤਾ ਹੀ ਨਹੀਂ ਸੀ ਅੱਜ ਚੇਤੇ ਹੀ ਇਹ ਸਾਰਾ ਕੁਛ ਜੋ ਹੋਇਆ ਸਭ। ਸਾਨੂੰ ਇਸ ਦਾ ਬਹੁਤ ਦੁੱਖ ਹੈ। ਮੈਂ ਅੱਜ ਇੱਥੇ ਪਹੁੰਚੇ ਉਹਨਾਂ ਦੇ ਭਾਈ ਸਾਹਿਬ ਯੂਨੀਵਰਸਿਟੀ ਤੋਂ ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਹਰਭਜਨ ਸਿੰਘ ਜੀ, ਸਰਦਾਰ ਰਣਜੀਤ ਸਿੰਘ ਜੀ, ਉਹਨਾਂ ਦੇ ਸਿਸਟਰ ਸ਼੍ਰੀਮਤੀ ਪ੍ਰਕਾਸ਼ ਕੌਰ ਜੀ, ਕੁਲਦੀਪ ਕੌਰ ਜੀ, ਉਹਨਾਂ ਦੇ ਬ੍ਰਦਰ-ਇਨ-ਲਾਅ ਸਰਦਾਰ ਬਲਜੀਤ ਸਿੰਘ ਦਿੱਲੀ ਤੋਂ ਅਤੇ ਸਰਦਾਰ ਬਲਜੀਤ ਸਿੰਘ ਲੁਧਿਆਣਾ ਤੋਂ, ਉਹਨਾਂ ਦੇ ਸੰਤ ਸਾਹਿਬ ਐਡਵੋਕੇਟ ਡਾਕਟਰ ਹਰਜੀਤ ਸਿੰਘ ਕਾਲਾ, ਜੀਜਾ ਜੀ ਸਰਦਾਰ ਦਰਸ਼ਨ ਸਿੰਘ ਜੀ, ਉਹਨਾਂ ਦੇ ਫਰੈਂਡ ਰਿੰਟੂ ਗਰੋਵਰ ਜੀ ਅਤੇ ਉਹਨਾਂ ਦੇ ਭਾਜੇ ਸਰਦਾਰ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਪਰਿਵਾਰ ਆਪਣੇ ਵੱਲੋਂ ਅਤੇ ਆਪਣੀ ਸੁਸਾਇਟੀ ਵੱਲੋਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਅਤੇ ਸਾਡੇ ਸਾਰਿਆਂ ਨਾਲ ਦੁੱਖ ਨੂੰ ਵੰਡਾਇਆ। ਇਸ ਦੇ ਨਾਲ ਹੀ ਮੇਰੇ ਵੱਲੋਂ ਅਤੇ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਨੀਚੇ ਬੇਸਮੈਂਟ ਹਾਲ 'ਚ ਲੰਗਰ ਦਾ ਪ੍ਰਸ਼ਾਦ ਜਾ ਰਿਹਾ, ਤੁਸੀਂ ਸਾਰਿਆਂ ਨੇ ਛੱਕ ਕੇ ਜਾਣਾ ਜੀ। ਹਾਂ, ਇੱਕ ਗੱਲ ਮੈਂ ਕਹਿਣਾ ਭੁੱਲ ਗਿਆ ਕਿ ਉਹ ਇੱਥੋਂ ਦੇ ਜਿਮਖਾਨਾ ਕਲੱਬ ਦੇ ਵੀ ਮੈਂਬਰ ਸਨ ਮੇਰੇ ਨਾਲ, ਉੱਥੇ ਵੀ ਉਹਨਾਂ ਦਾ ਇੱਕ ਬਹੁਤ ਅੱਛਾ ਰੈਪੂਟੇਸ਼ਨ ਸੀ। ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਸਾਡੇ ਦਿਲਾਂ 'ਚੋਂ ਕਦੀ ਵੀ ਬੋਲ ਨਹੀਂ ਸਕਦੀ। ਮੈਂ ਆਪਣੇ ਵੱਲੋਂ ਅਤੇ ਸੁਸਾਇਟੀ ਵੱਲੋਂ ਪਰਿਵਾਰ ਨੂੰ ਬੇਨਤੀ ਕਰਦਾ ਹਾਂ, ਜਦੋਂ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਅਸੀਂ ਸਾਰੇ ਹਾਜ਼ਰ ਹਾਂ। ਥੈਂਕ ਯੂ। ਆਹ